29 ਅਗਸਤ ਨੂੰ ਰਸੂਆ ਵਿਖੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਸੂਬੇ ਭਰ ਦੇ ਕਿਸਾਨ ਆਗੂਆਂ ਵੱਲੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੱਖੇ ਸੂਬਾ ਪੱਧਰੀ ਧਰਨੇ ਅਤੇ ਰੇਲ ਰੋਕੋ ਹਵਾਈ ਜਾਮ ਕਰਨ ਦੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਪਗੜੀ ਸੰਭਾਲ ਜੱਟਾ ਲਹਿਰ ਦੇ ਕਨਵੀਨਰ ਕਵਲਪ੍ਰੀਤ ਕਾਕੀ ਦੀ ਅਗਵਾਈ 'ਚ ਪਠਾਨਕੋਟ ਗੁਰਦਾਸਪੁਰ ਜ਼ਿਲ੍ਹਾ ਦੇ ਸਰਹਿੰਦੀ ਪਿੰਡ 'ਚ ਕਿਸਾਨਾਂ ਨੂੰ ਧਰਨੇ ਸੰਬੰਧੀ ਲਾਮਬੰਦ ਕੀਤਾ ਗਿਆ, ਜਿਸ ਲਈ ਉਹਨਾਂ ਵੱਲੋਂ ਸਰਹਿੰਦੀ ਪਿੰਡ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਧਰਨੇ ਸੰਬੰਧੀ ਮੀਟਿੰਗ 'ਚ ਕਿਸਾਨਾਂ ਵਿੱਚ ਭਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ।